ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ ਆਏ। ਬੀਤੇ ਕੁਝ ਦਿਨਾਂ ਤੋਂ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲਣ ਕਾਰਨ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਹੈ। ਪਾਣੀ ਦਾ ਪੱਧਰ ਵਧਣ ਦੇ ਕਾਰਨ ਦਰਿਆ ਦੇ ਨਾਲ ਲੱਗਦੇ ਖੇਤਰਾਂ ਚ ਝੋਨੇ ਅਤੇ ਹਰੇ ਚਾਰੇ ਦੀ ਫਸਲ ਪਾਣੀ ਚ ਡੁੱਬ ਚੁੱਕੀ ਹੈ। ਪਾਣੀ ਦੇ ਕਾਰਨ ਸੈਂਕੜੇ ਏਕੜ ਫਸਲ ਤਬਾਹ ਹੋ ਚੁੱਕੀ ਹੈ। ਕਸ਼ਮੀਰ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਸੀ ਪਿੰਡ ਝੰਡੀ ਪੀਰ ਨੇ ਦੱਸਿਆ ਕਿ ਰਾਤ ਉਸਦੀ ਹਵੇਲੀ ਚ 5 ਫੁੱਟ ਤੱਕ ਪਾਣੀ ਆ ਵੜਿਆ, ਜਿਸ ਕਾਰਨ ਉਸਦੇ 7 ਮੁਰਗੇ ਅਤੇ 2 ਟਰਾਲੀਆਂ ਤੂੜੀ ਦੀਆਂ ਰੁੜ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤ ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਬੋਲਦਿਆਂ ਸਰੂਪ ਸਿੰਘ ਕਢਿਆਣਾ, ਪ੍ਰਧਾਨ ਲੋਕ ਇਨਸਾਫ ਪਾਰਟੀ ਜਲੰਧਰ, ਨੇ ਸਰਕਾਰ ਤੋਂ ਤੁਰੰਤ ਰਾਹਤ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਮੰਗ ਕੀਤੀ। ਬੂਟਾ ਸਿੰਘ ਢਿੰਸਾ, ਅਪਰਾ ਦੀ ਰਿਪੋਰਟ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪਾਣੀ ਦੇਖੋ ਇੰਨਾ ਚੜ ਗਿਆ ਤੇ ਆਹ ਦੇਖੋ ਆਪਣੇ ਜਾਨਵਰ ਡੁੱਬ ਕੇ ਮਰ ਗਏ ਨੇ ਜੀ, ਬਹੁਤ ਜ਼ਿਆਦਾ ਨੁਕਸਾਨ ਹੋਇਆ। 7 ਮੁਰਗੇ ਮਰ ਗਏ ਜੀ, ਬਹੁਤ ਵਧੀਆ ਨਸਲ ਰੱਖੀ ਹੋਈ ਸੀ ਸਾਡੀ, ਬੜੀ ਸਾਂਟ ਕੇ, ਤੇ 2 ਘੋੜੀਆਂ ਨੇ ਆਪਣੀਆਂ ਉਹ ਬਾਬਾ ਝੰਡੀ ਪੀਰ ਬੰਨੀਆਂ ਹੋਈਆਂ ਨੇ ਜੀ। ਪੱਠਾ ਪਾਉਣ ਨੂੰ ਕੋਈ ਸਾਡੇ ਕੋਲੇ ਹੈ ਨੀ ਗਾ ਜੀ, ਪੱਠਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਕਿਸੇ ਪਾਸੇ ਵੀ ਘਾਹ ਵੀ ਹੈ ਨੀ ਗਾ। ਇਸ ਵਕਤ ਉਹਨਾਂ ਨੂੰ ਅਸੀਂ ਤੂੜੀ ਪਾ ਕੇ ਗੁਜ਼ਾਰਾ ਕਰ ਰਹੇ ਹਾਂ ਜੀ, ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਰ ਜੀ, ਪਾਣੀ ਬਹੁਤ ਜ਼ਿਆਦਾ ਚੜ ਗਿਆ। ਪਿੱਛੇ ਵੀ ਤੂੜੀ ਦੀਆਂ 2 ਟਰਾਲੀਆਂ ਵੀ ਪਾਣੀ, 2 ਟਰਾਲੀਆਂ ਮੇਰੀਆਂ ਤੂੜੀ ਦੀਆਂ ਉਹ ਬਿਲਕੁਲ ਵਿੱਚ ਰੁੜ ਗਈਆਂ ਨੇ ਜੀ। ਅਸੀਂ ਕਿਸੇ ਪਾਸੇ ਜੋਗੇ ਰਹੇ ਨੀ ਜੀ, ਇੰਨਾ ਮਤਲਬ ਨੁਕਸਾਨ ਹੋਇਆ। ਜਾਨਵਰਾਂ ਦਾ ਤਾਂ ਬਾਹਲਾ ਜ਼ਿਆਦਾ ਸਾਡਾ ਪ੍ਰੇਮ ਸੀਗਾ, ਜਿਹੜੇ ਸਾਡੇ ਜਾਨਵਰ ਕੁੱਤਾ ਵਾਂਗ ਪਾਲੇ ਹੋਏ ਡੁੱਬ ਕੇ ਮਰੇ ਨੇ ਜੀ। ਕੀ ਤੁਸੀਂ ਰੋਟੀ ਪਾਣੀ ਦੇ ਜਿਹੜਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਹੈ, ਕੁਛ ਕੀਤਾ ਗਿਆ ਕਿ ਨਹੀਂ ਕੀਤਾ ਗਿਆ? ਸਾਡਾ ਕੋਈ ਕਿਸੇ ਨੇ ਪ੍ਰਬੰਧ ਨਹੀਂ ਕਰਿਆ ਜੀ, ਕਿਸੇ ਨੇ ਪੁੱਛਿਆ ਨਹੀਂ ਸਾਨੂੰ ਹਜੇ ਤੱਕ। ਕੋਈ ਇੱਥੇ ਆਪਣੇ ਸਰਕਾਰੀ ਮੁਲਾਜ਼ਮ ਆਇਆ ਕੋਈ ਚੈੱਕ ਕਰਨ ਜਾਂ ਕੋਈ? ਹਾਂਜੀ, ਮੁਲਾਜ਼ਮ ਸਾਹਿਬ ਆਏ ਨੇ ਆਪਣੇ ਇੱਥੇ, ਵਿਚਾਰੇ ਡਿਊਟੀ ਦੇ ਕੇ ਗਏ ਨੇ। ਉਹਨਾਂ ਵੱਲੋਂ ਕੋਈ ਪ੍ਰਬੰਧ ਕੀਤੇ ਗਏ? ਹਾਂਜੀ, ਉਹਨਾਂ ਨੇ ਜਿਹੜੇ ਨੇੜੇ ਸੀਗੇ ਆਪਣੇ ਬੰਨ ਦੇ ਨੇੜੇ ਬੈਠੇ ਸੀਗੇ, ਉਹਨਾਂ ਨੂੰ ਵਿਚਾਰਿਆਂ ਨੂੰ ਠਾਲ ਕੇ ਉਹਨਾਂ ਦੀ ਤਾਂ ਜਾਨ ਬਚਾਤੀ ਹੈ ਜੀ। ਉਹਨਾਂ ਨੇ ਸੇਵਾ ਨਿਭਾਈ ਆ, ਰਾਤ ਸਾਰੀ ਰਾਤ ਹੀ ਇੱਥੇ ਰਹੇ ਨੇ ਵਿਚਾਰੇ, ਬਹੁਤ ਜ਼ਿਆਦਾ ਮੀਂਹ ਦੇ ਵਿੱਚ ਹੀ ਬਹੁਤ ਸੇਵਾ ਕਰਦੇ ਨੇ ਪ੍ਰਸ਼ਾਸਨ ਵਾਲੇ ਤਾਂ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਸਰੂਪ ਸਿੰਘ ਕੜਿਆਣਾ, ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਦਾ ਮੁੱਖ ਸੇਵਾਦਾਰ। ਮੈਂ ਆਪਣੀ ਟੀਮ ਸਮੇਤ ਸਤਲੁਜ ਦਰਿਆ ਦੇ ਬੰਨ ਦਾ ਅਤੇ ਦਰਿਆ ਦੇ ਕਿਨਾਰਿਆਂ ਦਾ ਇੱਕ ਵਿਜਿਟ ਕੀਤਾ, ਅਤੇ ਉਸ ਵਿਜਿਟ ਦੌਰਾਨ ਜੋ ਕਮੀਆਂ ਪੇਸ਼ੀਆਂ, ਜਿਹੜੇ ਜਿਹੜੇ ਕੰਮ ਅਧੂਰੇ ਪਏ, ਉਹਨਾਂ ਨੂੰ ਬਹੁਤ ਗੌਰ ਨਾਲ ਦੇਖਿਆ। ਜੋ ਪ੍ਰਸ਼ਾਸਨ ਦੇ ਦਾਅਵੇ ਨੇ ਉਹਨਾਂ ਦੇ ਵਿੱਚ ਤਕਰੀਬਨ 80% ਉਹ ਕੇਵਲ ਅਤੇ ਕੇਵਲ ਵਾਅਦੇ ਰਹਿ ਗਏ, ਉਹ ਵਾਅਦੇ ਪੂਰੇ ਨਹੀਂ ਹੋਏ। ਥੋੜ੍ਹੀ ਜਿਹੀ ਬਾਰਿਸ਼ ਹੋਣ ਦੇ ਨਾਲ ਬੰਨ ਦੇ ਵਿੱਚ ਬੇਹੱਦ ਟਾਕੀਆਂ ਪੈ ਗਈਆਂ, ਉਹਨਾਂ ਨੂੰ ਸਮੇਂ ਸਿਰ ਆਪਾਂ ਜੇ ਕਵਰ ਨਾ ਕਰੀਏ ਤਾਂ ਇਉਂ ਲੱਗਦਾ ਕਿ ਸਮਾਜ ਵਾਸਤੇ ਜਿਵੇਂ ਅਸੀਂ ਆਪ ਮੌਤ ਨੂੰ ਦਾਅਵਾ ਦੇ ਰਹੇ ਹਾਂ। ਉਹ ਹੜ੍ਹ ਪੀੜਤ ਜਿਹੜੇ ਲੋਕ ਪ੍ਰਭਾਵਿਤ ਹੋ ਕੇ ਉੱਚੀ ਥਾਵਾਂ ਦੇ ਉੱਤੇ ਆ ਕੇ ਬੈਠੇ ਨੇ। 2 ਥਾਵਾਂ ਤੱਕ ਹੁਣ ਤੱਕ ਬੰਨ ਟੁੱਟ ਚੁੱਕਾ ਹੈ, ਫਲੋਰ ਕਿਲੇ ਦੇ ਲਾਗਿਓਂ ਅਤੇ ਮੀਓਵਾਲ ਦੇ ਲਾਗਿਓਂ, ਅਤੇ ਉਸ ਇਲਾਕੇ ਦੀਆਂ ਫਸਲਾਂ ਬੇਹੱਦ ਨੁਕਸਾਨੀਆਂ ਗਈਆਂ। ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਪਰਮਾਤਮਾ ਮਿਹਰ ਕਰੇ ਕਿ ਜਾਨੀ ਨੁਕਸਾਨ ਕੋਈ ਵੀ ਨਾ ਹੋਵੇ। ਜਿਹੜਾ ਫਸਲਾਂ ਦਾ ਵੀ ਨੁਕਸਾਨ ਹੋਇਆ, ਜ਼ਿਮੀਂਦਾਰ ਦਾ ਲੱਕ ਟੁੱਟ ਗਿਆ, ਗਰੀਬ ਲੋਕਾਂ ਦੇ ਉੱਤੇ ਇਹ ਸਾਰੀ ਵਿਵਸਥਾ ਪਹਾੜ ਬਣ ਕੇ ਡਿੱਗੀ ਹੈ।
ਸੋ ਮੈਂ ਆਪਣੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜੋ ਪੁਖਤਾ ਪ੍ਰਬੰਧ ਸਰਕਾਰ ਦੀ ਜ਼ਿੰਮੇਵਾਰੀ ਆ ਉਹਨੂੰ ਆਪਾਂ ਹਵਾਈ ਗੋਲਿਆਂ ਤੱਕ ਨਾ ਸੀਮਿਤ ਰੱਖੀਏ, ਬਿਆਨਬਾਜ਼ੀ ਤੱਕ ਸੀਮਿਤ ਨਾ ਰੱਖੀਏ। ਜ਼ਿੰਮੇਵਾਰ ਅਫਸਰ ਆਉਂਦੇ ਨੇ, ਜ਼ਿੰਮੇਵਾਰ ਅਧਿਕਾਰੀ ਆਉਂਦੇ ਨੇ, ਆ ਕੇ ਵਿਜਿਟ ਕਰਕੇ ਮੁੜ ਜਾਂਦੇ ਨੇ, ਪਰ ਜੋ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਉਹਨਾਂ ਵਿੱਚ ਬੇਹੱਦ ਲੇਜ਼ੀਪਨ ਹੈ, ਬੇਹੱਦ ਢਿੱਲਾਪਨ ਹੈ। ਸੋ ਮੈਂ ਸਰਕਾਰ ਨੂੰ, ਪ੍ਰਸ਼ਾਸਨ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਹਜੇ ਵੀ ਡੁੱਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ, ਆਪਾਂ ਵਕਤ ਸਿਰ ਹੁਣ ਵੀ ਕਿਤੇ ਐਕਟਿਵ ਹੋ ਜਾਈਏ, ਰਲ ਮਿਲ ਕੇ ਆਪਾਂ ਕੋਈ ਯਤਨ ਕਰ ਲਈਏ ਤਾਂ ਕਿ ਕੋਈ ਵੱਡੀ ਬੁਰੀ ਖਬਰ ਬਣਨ ਤੋਂ ਆਪਾਂ ਬਚਾਅ ਕਰ ਸਕੀਏ।